ਮੁਰਸ਼ਦ ਠੀਕ ਆ ਉਸਤਾਦ ਯੂਬ ਨਬੀਲ ਜੱਟ ਸਾਹਿਬ ਜਨਾਬ ਨੌ ਬੈਠੇ ਤੇ ਤ੍ਰੈ ਆਏ ਜੀ ਸੈਯਦ ਅਕਬਰ ਅਲੀ ਸ਼ਾਹ ਜੀ ਅੱਲਾ ਪਾਕ ਦਾ ਸ਼ੁਕਰ ਭਾਈ ਤੁਸੀਂ ਸੁਣਾਓ ਜੀ ਸੈਯਦ ਅਕਬਰ ਅਲੀ ਸ਼ਾਹ ਸਾਹਿਬ ਅੱਲਾ ਪਾਕ ਦਾ ਸ਼ੁਕਰ ਹੈ ਭਾਈ ਜੀ ਵਾਲੇਕੁਮ ਸਲਾਮ ਹੱਥ ਮਿਲਾਓ ਨਾ ਪੱਕੀ ਹੋ ਜਾਏ ਲਾਏ ਹੈ ਜੀ ਡਿਵਾਈਸ ਇੱਧਰ ਜ਼ੁਲਫੀ ਉੱਡੇ ਆ ਸਾਜਦ ਉੱਡੇ ਆ ਸ਼ਬਾਜ਼ ਬੱਟ ਉੱਡੇ ਆ ਇਹ ਪੱਟੀ ਜ਼ਰਖੇਜ਼ ਹੈ ਜੀ ਜ਼ਰਖੇਜ਼ ਪੱਟੀ ਹੈ ਜੀ ਰਾਏ ਸਾਹਿਬ ਮਾਜਦ ਭਾਈ ਇਸਲਾਮ ਦੇਣ ਅਗੇ ਨੇ ਵਾਲੇਕੁਮ ਸਲਾਮ ਜੀ ਮਾਜਦ ਭਾਈ ਲੋ ਜੀ ਕਾਲਾ ਨੇ ਇੱਕ ਹੋਰ ਹੈ ਇਹ ਨਾ ਦੋ ਨਾ ਉੱਪਰ ਉਹ ਦੋ ਜੋੜੀ ਲੱਗੀ ਜੋੜੀ ਉਹ ਉੱਪਰ ਲੀਕ ਲੱਗੀ ਹੈ ਐਸ ਐਸ ਉੱਪਰ ਉਹ ਜੋੜੀ ਲੱਗੀ ਹੈ ਅਸਦ ਭਾਈ ਨੌ ਬੈਠੇ ਜਨਾਬ ਤੇ ਤਿੰਨ ਆਏ ਨੇ ਉਹਦੇ ਵਿੱਚ ਉਹ ਹੋਏ ਨੇ ਅਗੇ ਸਰਾਈ ਦੀ ਨਾ ਜਲਨ ਦੱਸਤਾ ਵੀ ਸੁਣਾਈ ਜ਼ੈਦ ਖਾਨ ਜਨਾਬ ਵਾਲੇਕੁਮ ਸਲਾਮ ਭਾਈ ਜੀ ਚੌਧਰੀ ਅਸਦ ਸਾਹਿਬ ਮਲਕ ਆਬਦ ਸਾਹਿਬ ਜਨਾਬ ਵਾਲੇਕੁਮ ਸਲਾਮ ਬੜੀ ਕਲਾਸ ਦੀ ਦੂਤੀ ਜ਼ੈਦ ਮਲਿਕ ਸਾਹਿਬ ਜਨਾਬ ਵਾਲੇਕੁਮ ਸਲਾਮ ਜੀ ਮਾਜਦ ਸਦੀਕ ਸਾਹਿਬ ਜਨਾਬ ਬਹੁਤ ਸ਼ੁਕਰੀਆ ਭਾਈ ਨਾ ਅਸਮ ਭਾਈ ਨੌ ਬੈਠੇ ਜਨਾਬ ਤਿੰਨ ਹੈ ਆਏ ਤੇ ਦੋ ਇਹਨਾਂ ਤੋਂ ਉੱਪਰ ਹਨ ਇਹ ਜਨਾਬ ਟੂਰਨਾਮੈਂਟ ਹੈ ਉਮਰ ਗੁਜਰ ਸਾਹਿਬ ਮਲਕ ਆਬਦ ਸਾਹਿਬ ਪੀਰ ਸਾਹਿਬ ਨੇ ਜਨਾਬ ਪੰਜ ਬੈਠੇ ਨੇ
ਤੇ ਉਸ ਤੋਂ ਬਾਅਦ ਕੋਈ ਅਪਡੇਟ ਨਹੀਂ ਜਨਾਬ। ਨੌ ਬੈਠੇ ਨੇ ਜਨਾਬ ਤੇ ਤਿੰਨ ਆਏ ਨੇ। ਜੀ ਸਨੀ ਚਾਚਾ ਸਾਹਿਬ ਠੀਕ ਹੋ ਗਿਆ ਜਨਾਬ? ਵਾਲੇਕੁਮ ਸਲਾਮ। ਰਾਓ ਦਾਨਿਸ਼ ਸਾਹਿਬ ਇਹ ਜਨਾਬ ਜੇਲਮ ਹੈ, ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਨੇ ਛਾਤਾ ਜਨਾਬ। ਇਹ ਜਨਾਬ ਇੱਕ ਕਬੂਤਰ ਨੀਚੇ ਆਇਆ, ਦੋ ਇਸ ਤੋਂ ਉੱਪਰ ਹਨ। ਜੀ ਵਾਲੇਕੁਮ ਸਲਾਮ ਅਮਰ ਸ਼ਹਿਜ਼ਾਦ ਸਾਹਿਬ, ਕੀ ਹਾਲ ਹੈ ਮੇਰੇ ਭਾਈ ਦਾ? ਠੀਕ ਹੋ? ਸਿਹਤ ਕੈਸੀ ਹੈ? ਕੈਸਰ ਖਾਨ, ਅੱਲਾ ਪਾਕ ਦਾ ਸ਼ੁਕਰ ਹੈ ਭਾਈ, ਤੁਸੀਂ ਸੁਣਾਓ, ਦੁਆ ਕਰਿਆ ਕਰੋ ਜਨਾਬ। ਵਾਨੀ ਅਰਸ਼ਾਦ ਭਾਈ ਜਨਾਬ, ਵਾਲੇਕੁਮ ਸਲਾਮ। ਚੌਧਰੀ ਸਲੀਮ ਸਾਹਿਬ ਜਨਾਬ, ਵਾਲੇਕੁਮ ਸਲਾਮ ਭਾਈ। ਫੈਸਲ ਰਮਜ਼ਾਨ ਭਾਈ, ਵਾਲੇਕੁਮ ਸਲਾਮ। ਪੂਰਮ ਚ ਅਮਰ ਸ਼ਹਿਜ਼ਾਦ ਭਾਈ, ਕੋਈ ਉਸਤਾਦ ਮੋਹਤਰਮ ਨੇ ਕੋਈ ਰਿਪੋਰਟ ਜਨਾਬ? ਸਲਮਾਨ ਭਾਈ, ਵਾਲੇਕੁਮ ਸਲਾਮ। ਸਨੀ ਭਾਈ ਜਨਾਬ, ਨੌ ਬੈਠੇ, ਦਸਵਾਂ ਹੈ ਬਹਿਣ ਲੱਗੇ, ਆ ਦੋ ਪਰ ਹੋਰ ਆਏ ਨੇ। ਇਹ ਜਨਾਬ ਦਸਵਾਂ ਕਬੂਤਰ ਬਹਿ ਗਿਆ ਜਨਾਬ, ਬਹਿ ਗਿਆ ਜੀ। ਮਲਕ ਪਿਜਨ ਕਲੱਬ, ਵਾਲੇਕੁਮ ਸਲਾਮ। ਜੀ ਤੈਯਬ ਉਸਮਾਨ ਭਾਈ ਜਨਾਬ, ਅੱਲਾ ਪਾਕ ਦਾ ਸ਼ੁਕਰ ਹੈ ਭਾਈ, ਤੁਸੀਂ ਸੁਣਾਓ। ਦਸ ਕਬੂਤਰ ਬੈਠੇ ਹਨ ਜਨਾਬ। ਵਾਲੇਕੁਮ ਸਲਾਮ ਅੰਜਮ ਭਾਈ। ਫੈਸਲ ਰਹਿਮਾਨ ਭਾਈ ਜਨਾਬ, ਬਹੁਤ ਸ਼ੁਕਰੀਆ ਭਾਈ ਦਾ।
जी राणा बलीच साहब सर कोई रिपोर्ट नहीं, मलिक आदिल इवान साहब ने जनाब तैयब उस्मान भाई कोई नहीं जनाब, नौमी जोड़ा साहब ने भी कोई रिपोर्ट नहीं है। वकास भाई जनाब वालेकुम सलाम, वकास मसवर भाई चौधरी जहीर खारियाँ नहीं जनाब, उन्होंने भी कोई रिपोर्ट नहीं। गुलाम अब्बास भाई जनाब वालेकुम सलाम, ठीक ठाक भाई। तारिक खान साहब जनाब वालेकुम सलाम। अक भाई जनाब 10 बैठे हैं जनाब। अरमान गुजर साहब जनाब अल्लाह पाक ना शुक्र है 10 कबूतर बैठे हैं जनाब। माशाल्लाह जी तारिक खान साहब बेस्ट ऑफ लक भाई। मुदस्सर जानी जनाब वालेकुम सलाम जी। उस्ताद वकार गुजर साहब जनाब की हाल है। सदाम जाट साहब है जनाब, उस्ताद राजा इफ्तार काका साहब ने छाता जनाब जेलम बिच। सुल्तान अली भाई जनाब वालेकुम सलाम। सिमो भाई जनाब राजे साहब ने जनाब 10 बैठे ते 2 और आए जनाब। सामने जनाब 4 और वालेकुम सलाम। सदाम जट साहब ये जनाब उस्ताद राजा इफ्तार काका साहब ने छत है। दो मिनट सिर्फ आई फुल छुट्टी कर ना तो इधर कुर्सी नेड़ा लाओ ना, तार है ना तुहाडे कोल आ तो क्या वे इधर तार लाओ सुना डबल कनेक्शन दे यार ऐ तो तार लाओ कनेक्शन डबल करो जी। साकी गुजर साहब जनाब वालेकुम सलाम। ना ना बैठे दस ही
ਲੱਗ ਗਿਆ ਸਖਾਵਤ ਅਨਜਾਨੋ ਭਾਈ। ਇਹ ਜਨਾਬ ਜੇਲਮ ਵਿੱਚ ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਨੇ ਛੱਤ ਹੈ ਜਨਾਬ। ਇਹ ਜਨਾਬ ਜੋੜੀ ਹੋਰ ਆਈ ਹੈ। ਹਾਂਜੀ ਮੇਰਾ ਭਾਈ ਕੀ ਹਾਲ ਹੈ? ਅਫਨਾਨ ਭਾਈ ਕਿੱਧਰ ਗਾਇਬ ਹੋ ਜਨਾਬ? ਕੋਈ ਰਾਬਤਾ ਨਹੀਂ, ਕੋਈ ਔਨਲਾਈਨ ਨਹੀਂ ਆ ਰਹੇ ਤੁਸੀਂ? ਮਲਕ ਆਕਬ ਸਾਹਿਬ ਜਨਾਬ ਕੋਈ ਰਿਪੋਰਟ ਨਹੀਂ ਜਨਾਬ? ਉਸਤਾਦ ਆਸ਼ਿਕ ਸੈਨ ਸਾਹਿਬ ਨੇ ਜਨਾਬ ਸਲਾਮ ਜਨਾਬ ਰਾਏ ਸਾਹਿਬ। ਉਮਰ ਭਾਈ ਵਕਾਰ ਗੁਜਰ ਸਾਹਿਬ ਨੇ ਵੀ ਕੋਈ ਰਿਪੋਰਟ ਨਹੀਂ ਜਨਾਬ? ਇਹ ਉਹ ਭਾਈ ਫਿਆਜ਼ ਰੰਗ ਫੋਟੋ ਛਿੱਕ ਭੇਜੀ, ਹੁਣ ਫੋਨ ਬਿਜ਼ੀ ਹੈ। ਚਲੋ ਫੋਨ ਆਨ ਨਾ, ਠੀਕ ਆਨ ਹੋਣ ਦਿਓ। ਤਾਂ ਉਹ ਉੱਧਰ ਕੁੰਡ ਤੋਂ ਫੋਨ ਆਏ, ਕਿਤਨੇ ਰਹਿਣੇ ਨੇ? ਦੁਆ ਕਿਸੇ ਦਾਨੀ ਯਾਰ ਕਿਹੜੇ? ਅਵੈਸ ਭਾਈ ਜਨਾਬ 10 ਬੈਠੇ ਤੇ ਜਨਾਬ 2 ਕਬੂਤਰ ਹੈ ਨੀਚੇ ਲੱਗੇ ਜਨਾਬ ਹੋਰ। ਮੁਕਾਰ ਮਨੀਰ ਭਾਈ ਜਨਾਬ ਵਾਲੇਕੁਮ ਸਲਾਮ। ਜੀ ਚਲੋ ਕੋਈ ਗੱਲ ਨਹੀਂ ਜਨਾਬ। ਮੀਆਂ ਅਫਨਾਨ ਭਾਈ ਕੰਮ ਪਹਿਲੇ ਆ ਜਨਾਬ। ਮਾਸ਼ਾਅੱਲਾ ਜੀ ਤਾਰਕ ਖਾਨ ਸਾਹਿਬ ਜਨਾਬ ਬੈਸਟ ਆਫ ਲੱਕ, ਤ੍ਰੈ ਜਿਹੜੇ ਰਹਿ ਗਏ ਨੇ ਅੱਲਾ ਪਾਕ ਕਰਿਆ ਕਿ ਉਹ ਵੀ ਜਨਾਬ ਨਿਕਲ ਆਵਣ। ਅਲੀ ਖਾਨ ਸਾਹਿਬ ਜਨਾਬ 10 ਕਬੂਤਰ ਬੈਠੇ ਤੇ 2 ਜਨਾਬ ਹੈ ਲੱਗੇ ਨੀਚੇ। ਤਈਏ ਭਾਈ ਇੱਧਰ ਆਵੇ, ਉਹ ਤਈਏ ਭਾਈ। ਹੈਲੋ ਵਾਲੇਕੁਮ ਸਲਾਮ। ਕੁਛ ਨੀ ਕਿਸ ਨੀ ਜੋੜੀ ਕਿਤਨੇ ਵਜੇ? 5:32 5:32:42 ਤੇ ਜੋੜੀ 5:32:42 ਠੀਕ ਹੋ ਗਿਆ। ਹੈਲੋ ਹੈਲੋ ਹਾਂਜੀ ਪੰਜ ਬਤਾਲੀ ਇੱਕ ਮਿੰਟ ਲਿਖਣ ਦਿਓ। ਆਈ ਲਿਖਿਆ ਜੀ, ਇੱਕ ਮਿੰਟ ਭਾਈ ਜੀ ਲਿਖਿਆ ਹੈ, ਇੱਕ ਮਿੰਟ। ਇਹ ਅਫਜ਼ਾਲ ਚੌਧਰੀ, ਅਫਜ਼ਾਲ ਚੌਧਰੀ, ਅਫਜ਼ਾਲ ਇਹ 5:42 5:42 ਪਰ ਜੋੜੀ ਹੈ ਤੇ ਸੈਕਿੰਡ ਸਿਰਫ 17 ਸੈਕਿੰਡ ਤੇ 50 ਸੈਕਿੰਡ ਓਕੇ ਭਾਈ ਦੋ ਹੀ ਬੈਠੇ
ਅੱਛਾ ਕਿਤਨੇ ਬੈਗ ਹਨ ਇਹਨਾਂ ਕੋਲੇ ਪੁੱਛ ਅੱਛਾ ਟੋਟਲ ਕਿਤਨੇ ਬੈਗ ਹਨ ਤੁਹਾਡੇ ਕਿਤਨੇ 8 ਥੋੜੀ ਢਾਕ ਲਾਣੀ ਤੇ ਲਾਜ਼ਮੀ ਨਾ ਦਵਾਈ ਦੇਣੀ ਪੈਣੀ ਨਾ ਪਰ ਥੋੜਾ ਜਿਹਾ ਤਾਂ ਆਪਣੇ ਇਲਾਜ ਹੋਣੀ ਫੋਟੋਆਂ ਦੱਬੀਆਂ ਨੇ ਜੀ
जी भाई भाई पांच बैठे जी बाकी भाई अफसर मत गल हुई थी आने छे सत्त आए हाँ चलो अल्लाह पाक खैर करे हूं तक साढ़े आठ चलो जी अल्लाह पाक खैर करे ओके आए तुस अपनी चीजा सामने जी हेलो हाँ जी भाई एक मिनट चौथे कूतरा ने टाइम लिखे चौथी नजाकत पांच नवंजा सैंती सैकड़े ग्रुप है भी सेंड करी ओड़े ठीक है ग्रुप है सेंड करी ओड़े ओके पांच नवंजा सैंती ठीक है कबूतर लगे ताके जाइए ना जी शो कर लगे ना ना तुसी मैं आना मैं तोड़ ला के इतना ए जनाब यारवां कबूतर आया जनाब नीचे ए जनाब बह गया यारवां कबूतर पांच जी तारक खान साहब जनाब यारां बैठे दो आए नूर तारक खान साहब जनाब यारां बैठे कितने 14 13 हो गए और तो यार अब तक
फखर भाई जनाब 11 बैठे न, 2 है जनाब सामने न, ते टोटल 21 कबूतर हैं जनाब। मोहम्मद जिया साहब ये जनाब जेलम है, उस्ताद राजा इफ्तार काका साहब ने छत जनाब, 2 और आयन मलिक साहब है नीचे ही है ना, नहीं नीचे पूछने लगे तारिक खान साहब जनाब 11 बैठे हैं। जी मलिक सोहेल अशरफ साहब जनाब बहुत शुक्रिया। नवाब जट साहब जनाब मीरपुर चौधरी नजाकत साहब ने, चौधरी सजावल ने, ते कामरान कामे ने, चौधरी सखावत पटो ने, चौधरी अफजाल पोटी, चौधरी अख जनाब इन्ह सारिया छतां ने उपर कबूतर जनाब। फोन मारो हाँ बड़ा धुआं कढ़दे आ पहलवान बासत साहब जनाब चौधरी वकार गुजर साहब ने तक कोई अपडेट नहीं जनाब। भाई अर्शद रंग आप ही कर रहे हेलो 5:05 थर्मा कबूतर ए टाइम लिखे 5:05 ख्वाजा इमरान थर्मा कबूतर 5:05 ओके फैसल भाई सैयद फिजान पाई जनाब 240 ना जी राय जी क्या कर रहे हो 240
ਹੈਲੋ ਜੀ ਭਾਈ ਸ਼ਾਹ ਜੀ ਕਿਤਨੇ ਬੈਠੇ ਨੇ? 12 ਬੈਠੇ, ਠੀਕ ਹੋ ਗਿਆ। ਕਿਤਨੇ ਸ਼ੋਰ ਉੱਪਰ? ਠੀਕ ਹੋ ਗਿਆ, 7। ਤੇ ਜਿਹੜੇ ਦੋ ਨਜ਼ਰ ਕੋਣੀ ਆਪਣੇ ਉਹ ਕਿਹੜੇ ਨੇ? ਚਲੋ ਅੱਲਾਹ ਪਾਕ ਖੈਰ ਕਰ ਸੀ। 612 ਉਹ ਡੈਂਜਰਸ ਹੈ, ਤੇ ਮਾਦੀ ਜਿਹੜੀ ਹੈ 212 218। ਡੱਬ ਵਾਲੀ ਤਾਂ ਨਹੀਂ? ਚਲੋ ਠੀਕ ਹੋ ਗਿਆ। ਮੁਹੰਮਦ ਅਲੀ ਸਾਹਿਬ ਜਨਾਬ, ਵਾਲੇਕੁਮ ਸਲਾਮ ਭਾਈ, ਅੱਲਾਹ ਪਾਕ ਨਾਲ ਸ਼ੁਕਰ ਹੈ ਜਨਾਬ, ਤੁਸੀਂ ਸੁਣਾਓ। ਕੌਣ ਹੈ? ਹੈਲੋ ਜੀ ਭਾਈ, ਕਿਆ ਹੋਈ ਰਿਹਾ? ਚਲੋ ਚਾਰਜਿੰਗ ਲਾਈ ਓੜੋ ਨਾ। ਮੁੱਲਾਂ ਕੁੱਥੇ ਤੇ? ਮੁੱਲਾਂ ਨੇ ਆਪਣੇ ਨਹੀਂ ਨਾ ਅਜੇ ਬੈਠੇ ਉੱਪਰ ਨੇ ਕਬੂਤਰ। ਹਾਂ ਅਫਜ਼ਾਲ ਨੇ 8, ਖਵਾਜੇ ਰਾ ਨੇ 18। ਉਹਨਾਂ ਨੇ 12। ਤੇ ਕਿਆ ਕੋਈ ਰਿਪੋਰਟ ਹੈ ਅੱਗੇ ਪਿੱਛੇ? ਉਸਤਾਦ ਨਾ ਉਹ ਲਿਖਾਇਆ ਟਾਈਮ, ਤੇ ਦੂਆ ਚੀਜ਼ ਸਖਾਵਤ ਭੱਟੋ ਸਾਹਿਬ ਨਾਲ 8 ਬੈਠੇ, ਠੀਕ ਹੋ ਗਿਆ। ਤੇ ਮਾਨ ਨਹੀਂ ਦੱਸੋ, ਬਾਕੀ ਛੋੜੋ। ਆਖਰੀ 11 ਉਹਨਾਂ ਚ ਬਹਿਣੇ ਵਾਲੇ ਕਿਤਨੇ ਨੇ? ਅੱਛਾ ਉਹਦਾ ਬੁੰਨੀ ਚੜ ਆਈ ਹੈ ਸਰ। ਚਲੋ ਅੱਲਾਹ ਵਾ ਖੈਰ ਕਰ ਸੀ, ਤਾਂ ਮੋਟੇ ਨਾ। ਅੱਛਾ 5 ਕਿ 6 6 ਹੋ ਗਏ, ਤਾਂ ਕੋਈ ਸਾਹਮਣੇ ਨਾ। ਅੱਛਾ ਅੱਛਾ ਚਲੋ ਇੱਧਰ ਫਿਰ ਹੁਣ ਚਾਰਜਰ ਆਣੋ ਤਾਂ ਲਾਓ ਜੀ। ਓਕੇ ਵਾਲੇਕੁਮ ਸਲਾਮ, ਕੀ ਹਾਲ ਹੈ ਬੁੱਠੀ ਕੋ? ਉਹ ਦੂਵੇ ਫੋਨਾਂ ਤੇ ਉਹ ਲਾਈਵ ਚਲਾਉਣ ਲੱਗੇ ਆ ਵੀਡੀਓ, ਇਸ ਵਜ੍ਹਾ ਤੋਂ ਤੂੰ ਕਾਲ ਨਹੀਂ ਚਾਹੀ। ਹਾਂ ਤੂੰ ਅੱਜ ਸ਼ਾਮੀ ਫ੍ਰੀ ਹੋਈ ਜਾ, ਫਿਰ ਮੈਂ ਕਰਸਾ ਫੋਨ। ਓਕੇ
اختشام خان جناب وعلیکم السلام بھائی جناب پاکستان جناب جیلم جیلم سٹی ہاں جی بھائی کتنے ہو بس ٹھیک ہے اٹھنا نہیں کیا اپ ڈیٹ ہے ٹھیک ہو گیا ٹھیک ہے بھائی اتھے ہی بہنا کیڑی دوائی اچھا اچھا پران میں رات واپس لگائی سا نا میں آ جا سا جلدی یا جیل ماں میں تساں کہ تازی بنا کے دے اڑساں تے او نہ لوے آ اوتھے پھر میں آکھیا دے جا سا میں آپے دے جا سا جتھے ہوئے تے اوتھے ہی بوے پھر اٹھے اے نا اوکے بھائی میں دس جی لگ گئی ہو پھر میں دس کے جائے اوکے بھائی اوکے جی ملک قاسم صاحب بھائی 11 کبوتر بیٹھے ہیں تے دو جناب ہے آدھ پٹی تے تے دو انہاں تو اوپر تھوڑے اونچے ہیں چار کبوتر اور آئے ہیں گیارہ کبوتر بیٹھے ہیں جناب رجے رانے کھولو جی کوئی کھاتا کھولیے ہلو وعلیکم السلام چھ بج کے آٹھ افضال علی چھتر نے لکھے جی چھ بج کے آٹھ منٹ پنجا چھ آٹھ پنجا نو کبوتر ہے اس نے میں ٹائم اس لکھا خالی چھوڑ پنجا آ جاؤ ادھر چلیے کرسی چاہو جی جگہ چینج کریے اوئے ہوئے ہاں جی اتھے دس منیاں اتھے ہی رکھو ادھر نظر نہیں آنا گا صحیح ادھر نظر نہیں آنا گا ملک قاسم صاحب جناب 11 بیٹھے ہیں تو دو ہو رہا ہے
ਜੀ ਜੰਗੀਰ ਭਾਈ ਜਨਾਬ ਰਾਜੇ ਨੇ ਸਲਾਮ ਦੇ ਸਨ ਜਨਾਬ ਵਾਲੇਕੁਮ ਸਲਾਮ ਰਾਜਾ ਜਨਾਬ ਅਜੇ ਇੱਥੇ ਕੋਈ ਨਹੀਂ ਅੰਦਰ ਹਨ ਉਮਰ ਗੁੱਜਰ ਸਾਹਿਬ ਜਨਾਬ ਰਿਪੋਰਟ ਇਹ ਆ ਕਿ 11 ਬੈਠੇ ਅਤੇ 2 ਹੈ ਨੀਚੇ ਅਤੇ 2 ਇਹਨਾਂ ਤੋਂ ਉੱਪਰ ਹੋ ਰਹਾ ਹੈ ਮਾਸ਼ਾਅੱਲਾ ਇਹ ਜੋੜੀ ਸੋਹਣੀ ਖੇਡਣ ਹੈਗੀ ਇਹ ਇਹਨਾਂ ਤੋਂ ਇਹ ਥੱਲੇ ਆਏ ਸੀ ਇਹਨਾਂ ਤੋਂ ਲਗਾ 2 ਹੋਰ ਬਈ ਰਹੇ ਨੇ ਉੱਪਰੋਂ ਨਿਕਲੀ ਗਿਆ ਇਹ ਇੱਥੇ ਹੀ ਖਲਤੇ ਸੋਹਣੀ ਫਿਰਨ ਹੈਗੀ ਹੈ ਜੋੜੀ ਨਜੀਬ ਮਲਕ ਜਨਾਬ ਇਹ ਭਾਈ ਜੇਲਮ ਹੈ ਉਸਤਾਦ ਰਾਜਾ ਇਫਤਖਾਰ ਕਾਕਾ ਸਾਹਿਬ ਨੇ ਛੱਤ